ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਲੁਧਿਆਣਾ ਪੁਲਿਸ ਦੀ ਹਿਰਾਸਤ 'ਚ ਖੜ੍ਹੇ ਇਹ ਦੋਨੋਂ ਰਿਸ਼ਤੇ 'ਚ ਚਾਚਾ ਭਤੀਜਾ ਨੇ। ਇਹਨਾਂ ਦੇ ਕੰਮ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇੰਨੇ ਸ਼ਾਤਰ ਸੀ ਕਿ ਇਹਨਾਂ ਨੇ ਇੱਕ ਅਜਿਹਾ ਧੰਦਾ ਸ਼ੁਰੂ ਕਰ ਲਿਆ, ਹੀਂਗ ਲੱਗੇ ਨਾ ਫਟਕਰੀ, ਰੰਗ ਚੋਖਾ ਆਵੇ। ਦਰਅਸਲ ਜਨਾਬ ਨੇ ਆਪ ਹੀ ਗੱਡੀਆਂ ਚੋਰੀ ਕਰਕੇ ਖਪਾਣੀਆਂ ਸ਼ੁਰੂ ਕਰ ਦਿੱਤੀਆਂ, ਯਾਨੀ ਕਿ ਗੱਡੀ ਚੋਰੀ ਕਰਕੇ ਸਿੱਧਾ ਮੋਗਾ ਲੈ ਜਾਂਦੇ ਸੀ। ਮੋਗਾ ਦੇ ਵਿੱਚ ਕਬਾੜ ਦਾ ਆਪਣਾ ਕੰਮ ਸੀ, ਉੱਥੇ ਕਟਰ ਲਾਏ ਹੋਏ ਸੀ। ਜਦੋਂ ਗੱਡੀ ਮੋਗਾ ਪਹੁੰਚ ਜਾਂਦੀ ਸੀ ਤਾਂ ਮਿੰਟਾਂ 'ਚ ਗੱਡੀ ਨੂੰ ਕਰ ਦਿੰਦੇ ਸੀ ਚੂੜਾ, ਅਤੇ ਗੱਡੀ ਦਾ ਨਾਮੋ ਨਿਸ਼ਾਨ ਖਤਮ ਹੋ ਜਾਂਦਾ ਸੀ। ਦਰਅਸਲ ਕਬਾੜੀ ਸਪੇਅਰ ਪਾਰਟ ਵੇਚ ਕੇ ਮੋਟੀ ਕਮਾਈ ਕਰ ਰਹੇ ਸੀ। ਜੇਕਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਮੰਨੀਏ ਤਾਂ ਇਹਨਾਂ ਨੇ ਕਰੀਬ 25 ਤੋਂ ਵੀ ਵੱਧ ਗੱਡੀਆਂ ਪਿਛਲੇ 8 ਮਹੀਨੇ ਤੋਂ ਲੁਧਿਆਣਾ 'ਚੋਂ ਚੋਰੀ ਕੀਤੀਆਂ, ਕਿਉਂਕਿ ਗੱਡੀਆਂ ਸੜਕ 'ਤੇ ਦੌੜਨੀਆਂ ਬੰਦ ਹੋ ਜਾਂਦੀਆਂ ਸੀ। ਇਸ ਲਈ ਉਹਨਾਂ ਦੀ ਬਰਾਮਦਗੀ ਵੀ ਮੁਮਕਿਨ ਨਹੀਂ ਸੀ। ਫਿਲਹਾਲ ਪੁਲਿਸ ਨੂੰ ਗੱਡੀਆਂ ਦੇ ਨਾਮ 'ਤੇ ਕੁਝ ਸਪੇਅਰ ਪਾਰਟ ਹੀ ਹਾਸਲ ਹੋਏ ਨੇ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ। ਲੁਧਿਆਣਾ ਪੁਲਿਸ ਨੇ ਇੱਕ ਬਹੁਤ ਵੱਡੇ ਕਾਰ ਚੋਰ ਗਰੋਹ ਦੇ 2 ਮੈਂਬਰਸ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਿਨ੍ਹਾਂ ਨੇ ਕਿ ਤਕਰੀਬਨ ਪਿਛਲੇ 9-10 ਮਹੀਨਿਆਂ ਦੇ ਵਿੱਚ 26 ਦੇ ਕਰੀਬ ਚੋਰੀ ਦੀ ਵਾਰਦਾਤਾਂ ਲੁਧਿਆਣੇ ਦੇ ਵਿੱਚ ਕੀਤੀ ਸੀਗੀਆਂ। ਇਹਨਾਂ ਦਾ ਮੋਡਸ ਓਪਰੈਂਡੀ ਇਹ ਸੀ ਕਿ ਜਿਹੜਾ ਗਰੋਹ ਦਾ ਸਰਗਨਾ ਹੈ ਰਾਜਕੁਮਾਰ ਗੁਗਲਾਨੀ, ਇਹ ਮੋਗੇ ਦਾ ਰਹਿਣ ਵਾਲਾ ਹੈ ਐਂਡ ਕਬਾੜੀਏ ਦਾ ਕਬਾੜ ਦਾ ਕੰਮ ਕਰਦਾ ਹੈ, ਐਂਡ ਇਹਦਾ ਜਿਹੜਾ ਭਤੀਜਾ ਹੈ ਲਲਿਤ ਕੁਮਾਰ, ਇਹ ਦੋਨੋਂ ਮਿਲ ਕੇ ਸ਼ਾਮ ਨੂੰ 6 ਵਜੇ ਮੋਗੇ ਤੋਂ ਚੱਲਦੇ ਸੀ ਆਪਣੀ ਗੱਡੀ ਲੈ ਕੇ, ਐਂਡ ਫਿਰ ਆਪਣੀ ਰੈਕੀ ਕਰਦੇ ਸੀ ਲੁਧਿਆਣੇ ਦੇ ਵਿੱਚ। ਐਂਡ ਜਿਹੜੀ ਵੀ ਗੱਡੀ ਘਰ ਦੇ ਬਾਹਰ ਲਵਾਰਿਸ਼ ਖੜ੍ਹੀ ਹੁੰਦੀ ਸੀ, ਉਸ ਨੂੰ ਮਾਸਟਰ ਕੀ ਰਾਹੀਂ ਖੋਲ੍ਹ ਕੇ ਰਾਤ ਨੂੰ 12 ਵਜੇ, 1 ਵਜੇ, 2 ਵਜੇ, ਜਿਸ ਹਿਸਾਬ ਨਾਲ ਵੀ ਇਹਨਾਂ ਨੂੰ ਮੌਕਾ ਮਿਲਦਾ ਸੀ, ਐਂਡ ਇਹ ਲੈ ਜਾ ਕੇ ਮੋਗੇ ਲਿਜਾਂਦੇ ਸੀ। ਐਂਡ ਆਪਣੀ ਦੁਕਾਨ 'ਤੇ ਇਹਨੇ ਆਪਣੀ ਕਬਾੜ ਦੀ ਦੁਕਾਨ 'ਤੇ ਵੱਡੇ ਕਟਰ ਰੱਖੇ ਹੋਏ ਸੀ, ਉਸ ਗੱਡੀ ਨੂੰ ਕੱਟ ਕੇ ਖੋਲ੍ਹ ਕੇ ਉਹਦਾ ਸਮਾਨ ਕਬਾੜ ਦੇ ਬਾਅਦ ਵੇਚ ਦਿੰਦੇ ਸੀ। ਅਤੇ ਪਿਛਲੇ 10 ਮਹੀਨਿਆਂ ਦੇ ਵਿੱਚ ਇਹਨਾਂ ਨੇ 26 ਦੇ ਕਰੀਬ ਕਾਰ ਚੋਰੀ ਦੀ ਵਾਰਦਾਤਾਂ, ਜਿਨ੍ਹਾਂ ਦੇ ਕਿ FIR ਲੁਧਿਆਣੇ ਦੇ ਵਿੱਚ ਦਰਜ ਹਨ, ਉਹ ਮੰਨੀਆਂ ਹਨ। ਇਹਨਾਂ ਦਾ ਰਿਮਾਂਡ ਲੈ ਕੇ ਬਾਕੀ ਇਹਨਾਂ ਤੋਂ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ, ਜਿਹਦੇ ਵਿੱਚ ਔਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਫਿਲਹਾਲ ਮੁੱਢਲੀ ਪੁੱਛਗਿੱਛ ਦੇ ਵਿੱਚ ਦੋਵਾਂ ਦਾ ਹੀ ਨਾਂ ਸਾਹਮਣੇ ਆਇਆ ਹੈ, ਲੇਕਿਨ ਅਸੀਂ ਹਲੇ ਇਹਨਾਂ ਦੀ ਔਰ ਡੂੰਘਾਈ ਨਾਲ ਪੁੱਛਗਿੱਛ ਇਹਨਾਂ ਤੋਂ ਕਰਨੀ ਬਾਕੀ ਹੈ। ਇਹਨਾਂ ਤੋਂ ਸਾਨੂੰ ਕਾਫੀ ਗੱਡੀਆਂ ਦਾ ਸਮਾਨ ਬਰਾਮਦ ਹੋਇਆ, ਜਿਹੜੀ ਗੱਡੀਆਂ ਇਹਨਾਂ ਨੇ ਖੋਲ੍ਹੀ ਸੀਗੀਆਂ, ਕਈਆਂ ਦੇ ਕੁਛ ਸੀਟਸ ਬਰਾਮਦ ਹੋਈਆਂ, ਕਈਆਂ ਦੇ ਇੰਜਨ ਬਰਾਮਦ ਹੋਏ ਹੈ, ਕਈਆਂ ਦੀ ਬਾਡੀ ਬਰਾਮਦ ਹੋਈ ਹੈ, ਉਹ ਅਸੀਂ ਕਾਫੀ ਸਮਾਨ ਇਹਨਾਂ ਤੋਂ ਬਰਾਮਦ ਕੀਤਾ। ਪੂਰੇ ਸ਼ਹਿਰ ਦੇ ਵਿੱਚ ਵੀ ਕਬਾੜੀਆਂ ਨੇ ਜਾਂ ਗੱਡੀ ਉਹਨਾਂ ਕੋਲ ਹੁੰਦੀਆਂ ਨੇ ਸਮਾਨ ਪਾਰਟਸ ਵਗੈਰਾ ਕਰਕੇ, ਉਹਨਾਂ ਨੂੰ ਵੀ ਕੋਈ ਗਾਈਡਲਾਈਨ ਜਾਰੀ ਕਰੋਗੇ, ਜਿਵੇਂ ਗੱਡੀ ਲੈਂਦੇ ਨੇ ਵੱਢ ਕੇ ਵੇਚ ਦਿੰਦੇ, ਕੋਈ ਇਸ ਤਰ੍ਹਾਂ ਦਾ ਕੋਈ ਇਹਨਾਂ ਤੋਂ? ਹਾਂ, ਅਸੀਂ ਗਾਈਡਲਾਈਨਸ ਜਾਰੀ ਕਰ ਰਹੇ ਹਾਂ ਕਿ ਜਿਹੜੇ ਵੀ ਕਬਾੜੀਏ ਹੈ ਉਹ ਜਦੋਂ ਵੀ ਕੋਈ ਗੱਡੀ ਉਹਨਾਂ ਨੇ ਪੁਰਾਣੀ ਖਰੀਦਣੀ ਹੈ, ਉਹ ਗੱਡੀ ਦੇ ਓਰੀਜਨਲ ਮਾਲਿਕ ਤੋਂ ਵੈਰੀਫਿਕੇਸ਼ਨ ਕਰਕੇ ਹੀ ਖਰੀਦਣ, ਐਂਡ ਉਹਦਾ ਆਪਣੇ ਰਜਿਸਟਰ ਦੇ ਵਿੱਚ ਰਿਕਾਰਡ ਰੱਖਣ ਕਿ ਕਿਹੜੇ ਬੰਦੇ ਤੋਂ ਉਹਨਾਂ ਨੇ ਪੁਰਾਣੀ ਗੱਡੀ ਖਰੀਦੀ ਹੈ, ਅਤੇ ਜਿਹੜੇ ਉਹਨਾਂ ਨੇ ਪਾਰਟਸ ਵੀ ਵੇਚਣੇ ਹੈ ਉਹਨਾਂ ਦਾ ਵੀ ਰਿਕਾਰਡ ਰੱਖਣ ਕਿ ਤਾਂ ਕਿ ਕਿਹੜੇ ਬੰਦੇ ਨੂੰ ਉਹਨਾਂ ਨੇ ਪਾਰਟਸ ਵੇਚੇ, ਤਾਂ ਕਿ ਇਹਦੇ ਵਿੱਚ ਟਰਾਂਸਪੇਰੈਂਸੀ ਆ ਸਕੇ ਐਂਡ ਕੋਈ ਵੀ ਗਲਤ ਕੰਮ ਕਰਨ ਦੀ ਨਾ ਸੋਚੇ। ਇਹ ਲੁਧਿਆਣੇ ਦੇ ਵਿੱਚ ਆਪਣਾ ਜਿਹੜਾ ਫਿਰੋਜ਼ਪੁਰ ਰੋਡ ਸਾਈਡ ਦਾ ਏਰੀਆ ਹੈ, ਸਰਾਭਾ ਨਗਰ, ਰਾਜਗੁਰੂ ਨਗਰ, ਕਿਚਲੂ ਨਗਰ, ਭਗਤ ਸਿੰਘ, BRS ਨਗਰ, ਇਸ ਏਰੀਏ ਨੂੰ, ਗੁਮਾਰ ਮੰਡੀ, ਇਸ ਏਰੀਏ ਨੂੰ ਜ਼ਿਆਦਾ ਇਹ ਟਾਰਗੇਟ ਕਰਦੇ ਸੀ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।